ਨਿਸ਼ੀ ਜੀ ਸਵਾਗਤ ਹੈ ਟੈਲੀਪੋਸਟ ਪੰਜਾਬ ਹਰਿਆਣਾ ਮਾਝਾ। ਥੈਂਕ ਯੂ ਜੀ। ਨਿਸ਼ੀ ਜਿਸ ਤਰ੍ਹਾਂ ਤੁਸੀਂ ਵੀ ਤਸਵੀਰਾਂ ਦੇਖੀਆਂ ਸੁਣਿਆ ਵੀ ਕਿ ਇੱਕ ਪਿਤਾਈ ਜਿਸਦੇ ਕੋਲ ਬੱਚੇ ਮਹਿਫੂਜ਼ ਮਹਿਸੂਸ ਕਰਦੇ ਨੇ ਉਸ ਉਹੀ ਪਿਤਾ ਹੈਵਾਨ ਬਣ ਗਿਆ ਉਹਨਾਂ ਨੂੰ ਕੁੱਟ ਰਿਹਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਨੇ ਜਿਹੜੇ ਕਰਾਇਮ ਅਗੇਂਸਟ ਚਿਲड्रन ਸਾਹਮਣੇ ਆ ਰਹੇ ਨੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ? ਆ ਇਹਨੂੰ ਬਿਲਕੁਲ ਸਿੰਪਲੀ ਇਹ ਤਰੀਕਾ ਜੀ ਇਹਨਾਂ ਨੂੰ ਅਸੀਂ ਕਹਿੰਦੇ ਆ ਨਾਰਸਿਸਟ ਪੇਰੈਂਟਿੰਗ। ਇਹ ਪੇਰੈਂਟ ਹੁੰਦੇ ਨੇ ਜਿਹੜੇ ਨਾਰਸਿਸਟ ਹੁੰਦੇ ਨੇ ਜਿਹੜਾ ਵੀ ਇਨਸਾਨ ਨਾਰਸਿਸਟ ਮੈਂਟੈਲਿਟੀ ਦਾ ਹੈਗਾ ਉਹ ਚੰਗਾ ਫਾਦਰ ਕਦੀ ਨਹੀਂ ਬਣਦਾ ਜਿਵੇਂ ਇਸ ਕੇਸ ਦੇ ਵਿੱਚ ਤੁਸੀਂ ਦੇਖੋਗੇ ਉਹ ਬੱਚਿਆਂ ਨੂੰ ਕਹਿ ਰਿਹਾ ਕਿ ਤੁਸੀਂ ਭਾਂਡੇ ਚੰਗੇ ਤਰ੍ਹਾਂ ਨਹੀਂ ਮਾਂਜੇ ਤਾਂ ਕਰਕੇ ਮੈਂ ਤੈਨੂੰ ਕੁੱਟਿਆ ਇਹ ਹੁਣ ਆਪਣੀ ਮਾਰਕੁੱਟ ਨੂੰ ਜਸਟੀਫਾਈ ਕਰ ਰਿਹਾ ਹੈਗਾ ਇਹ ਬੱਚਿਆਂ ਨੂੰ ਹੀ ਗਿਲਟੀ ਫੀਲ ਕਰਾਏਗਾ ਕਿ ਤੁਸੀਂ ਇਹ ਕਰਦੇ ਹੋ ਤਾਂ ਕਰਕੇ ਮੈਂ ਕਰਦਾ ਤੁਸੀਂ ਬਾਹਰ ਕੁੰਦੇ ਹੋ ਤਾਂ ਕਰਕੇ ਮੈਂ ਮਾਰਦਾ ਬੱਚਿਆਂ ਦੀ ਕੋਈ ਗਲਤੀ ਨਹੀਂ ਹੈਗੀ ਆ ਤੁਸੀਂ ਆਪਣੇ ਐਕਟ ਨੂੰ ਜਸਟੀਫਾਈ ਕਰ ਰਹੇ ਹੋ ਤੇ this is definitely a mental issue ਇਹਨੇ ਉਹ ਮੈਂਟਲ ਪ੍ਰੋਬਲਮ ਹੈਗੀ ਹੈ ਮੇਬੀ ਵਾਈਫ ਕਰਕੇ ਵੀ ਹੋ ਸਕਦੀ ਹੈ 3 ਸਾਲ ਤੋਂ ਅਲੱਗ ਰਹਿ ਰਹੇ ਹੋ ਵਾਈਫ ਨੂੰ ਵੀ ਮਾਰਦਾ ਹੋਏਗਾ ਵਾਈਫ ਚਲੀ ਗਈ ਹੈ ਛੱਡ ਕੇ ਹੁਣ ਬੱਚਿਆਂ ਨੂੰ ਵੀ ਮਾਰ ਰਿਹਾ ਬੱਚੇ ਵੀ ਚਲੇ ਜਾਣਗੇ ਛੱਡ ਕੇ ਇਹ ਸੱਚ ਪੀਪਲ ਦੇ ਸਟੇ ਲੋਨਲੀ ਬਿਕੋਜ਼ ਦੇ ਹੈਵ ਅ ਮੈਂਟੈਲਿਟੀ ਇਹਨਾਂ ਦੀ ਮੈਂਟੈਲਿਟੀ ਕਿੰਗ ਮੈਂਟੈਲਿਟੀ ਹੁੰਦੀ ਹੈ ਕਿ ਮੈਂ ਹੀ ਕਰਤਾ ਧਰਤਾ ਮਤਲਬ ਆਈ ਐਮ ਦਾ ਬ੍ਰੈਡ ਅਰਨਰ ਆਫ ਦਾ ਹਾਊਸ ਤੇ ਮੈਂ ਕੁਝ ਵੀ ਕਰ ਸਕਦਾ ਸੋ ਇਹ ਬਹੁਤ ਛੋਟਾ ਜਿਹਾ ਇਨਸੀਡੈਂਟ ਅੱਜ ਆਇਆ ਹੈਗਾ ਪਰ ਇੱਕ ਘਰ ਕਰ ਦੀ ਕਹਾਣੀ ਹੈਗੀ ਜਿੱਥੇ ਪੇਰੈਂਟਸ ਬੱਚਿਆਂ ਨੂੰ ਗਿਲਟੀ ਫੀਲ ਕਰਾਉਂਦੇ ਨੇ ਕਿ ਤੁਸੀਂ ਸਾਰੀ ਪ੍ਰੋਬਲਮ ਦੀ ਜੜ ਤੁਸੀਂ ਹੋ ਤੁਹਾਡੇ ਕਰਕੇ ਅਸੀਂ ਸਫਰ ਕਰ ਰਹੇ ਹਾਂ ਸੋ ਦਿਸ ਇਜ਼ ਅ ਨਾਰਸਿਸਟ ਫਾਦਰ ਨਾਰਸਿਸ ਮਤਲਬ ਜੋ ਟਰਮ ਹੈ ਉਹ ਆਪਣੇ ਦਰਸ਼ਕਾਂ ਨੂੰ ਸੀ ਸਮਝਾਉਣਾ ਚਾਹਾਂਗੇ ਕਿਉਂਕਿ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਨਾਰਸਿਸ ਸ਼ਬਦ ਜਿਹੜਾ ਨਹੀਂ ਯੂਜ਼ ਕੀਤਾ ਜਾਂਦਾ ਨਾਰਸਿਸਟ ਹੁੰਦਾ ਹੈਗਾ ਜਿਹੜਾ ਬੰਦਾ ਆਪਣੇ ਨਾਲ ਜ਼ਿਆਦਾ ਪਿਆਰ ਕਰੇ ਜਿਹੜਾ ਆਪਣੇ ਨੂੰ ਹੀ ਮੰਨੇ ਜਿਹੜਾ ਬਹੁਤ ਸੈਲਫ ਸੈਂਟਰਡ ਹੋਏ ਜਿਹੜੇ ਆਪਣੀ ਇਹਨਾਂ ਦੀ ਪਹਿਚਾਨ ਹੈ ਹੁੰਦੀ ਹੈ ਇਹ ਹਮੇਸ਼ਾ ਆਪਣੀ ਤਾਰੀਫ ਕਰਨਗੇ ਇਹ ਤੁਹਾਨੂੰ ਹੀ ਗਿਲਟੀ ਫੀਲ ਕਰਾਣਗੇ ਇਹ ਤੁਹਾਨੂੰ ਚਾਹੇ ਕਿਸੇ ਦੀ ਵੀ ਗਲਤੀ ਉਪਰ ਇਹ ਦੇ ਵਿਲ ਮੇਕ ਸ਼ੋਰ ਕਿ ਤੁਸੀਂ ਫੀਲ ਗਿਲਟੀ ਕਰੋ ਇਸ ਕੰਟਰੋਲਿੰਗमेंटेड डिसऑर्डर ਵੀ ਇੱਕ ਟਾਈਪ ਮੰਨਦੇ ਆ definitely this is a case honda narcissist the case honda ki excessive desire to control the situation matlab inanu control karan da bahut zyada shauk honda apne nal bahut zyada pyar ho janda apne nal pyar ho janda theek hai but ida matlab ye nahi ki tusi chote bachche jo adult vi nahi hai bahut chote ne 13 14 14 saal de ne jehda sab to chota beta ta bahut chota hai beti vi choti lag rahi hai jis tarah pa tasveeran de vich vekh rahe ha par eh saksha jehda unnu berahmi nal kutt da aur itho tak te pagal lagda nahi paya eh ਨੇ ਇਹ ਹੁਣ ਬਹੁਤ ਸਮਾਰਟਲੀ ਦੇਖੋ ਜਦ ਹੁਣ ਅਰੈਸਟ ਹੋਇਆ ਤਾਂ ਕਹਿੰਦਾ ਕੋਈ ਗੱਲ ਨਹੀਂ ਜੀ ਗੁੱਸਾ ਆ ਗਿਆ ਸੀਗਾ ਐਂਗਰ ਇਸ਼ੂ ਹੈ ਇਹ ਐਂਗਰ ਇਸ਼ੂ ਤੇ ਪਾ ਰਿਹਾ ਐ ਐਂਗਰ ਇਸ਼ੂ ਕੋਈ ਨਹੀਂ ਹੈਗਾ ਇਹਨੂੰ ਜੇ ਛੱਡ ਦੇਣਗੇ ਇਹ ਬੱਚਿਆਂ ਨਾਲ ਕੱਲਾ ਹੋਏਗਾ ਇਹ ਫਿਰ ਉਹੀ ਰਿਪੀਟਿਡ ਬਿਹੇਵੀਅਰ ਕਰੇਗਾ ਇਸ ਤੋਂ ਡੈਫੀਨੇਟਲੀ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਡੈਫੀਨੇਟਲੀ ਸਤਿਅ ਹੈ ਕਿ ਇਹ ਉਹਨਾਂ ਨੂੰ ਮਾਰਨਾ ਹੀ ਚਾਹੁੰਦਾ ਹੋਵੇ ਕਿਉਂਕਿ ਦੇਖੋ ਇਸ ਦੀ ਵਾਈਫ ਤਾਂ ਉਸਦੇ ਨਾਲ ਨਹੀਂ ਰਹਿੰਦੀ ਹੈ ਵਾਰ-ਵਾਰ ਜੇ ਉਹਨਾਂ ਨੂੰ ਕੁੱਟਦਾ ਹੋ ਸਕਦਾ ਚਾਹੁੰਦਾ ਹੋਵੇ ਤਿੰਨੇ ਬੱਚਿਆਂ ਨੂੰ ਮਾਰ ਦਵਾ ਤੇ ਮੇਰਾ ਕੁਝ ਹੋਰ ਅਗਲਾ ਰਸਤਾ ਜਿਹੜਾ ਇਨੂੰ ਆਪਣੀ ਆਪਣੀ ਫਰਸਟ੍ਰੇਸ਼ਨ ਨਿਕਾ ਕੱਢਣ ਵਾਸਤੇ ਕੋਈ ਤਾਂ ਚਾਹੀਦਾ ਹੈ ਬੱਚੇ ਬੈਸਟ ਹੁੰਦੇ ਨੇ ਬੱਚੇ ਈਜ਼ੀ ਨੇ ਬੱਚੇ ਤੁਹਾਨੂੰ ਵਾਪਿਸ ਮਾਰਨਗੇ ਨਹੀਂ ਨੇ ਬੱਚਿਆਂ ਨੂੰ ਤੁਸੀਂ इजीली ਤੁਸੀਂ ਹਿਟ ਕਰ ਸਕਦੇ ਹੋ ਪਰ ਇਸ ਚੀਜ਼ ਦਾ ਬੱਚਿਆਂ ਤੇ ਮੈਂਟਲ ਟਰੋਮਾ ਦੇ ਵਿੱਚ ਚਲੇ ਜਾਣਗੇ ਉਹ ਬਹੁਤ ਡਰੇ ਹੋਏ ਨੇ ਜਿਸ ਤਰ੍ਹਾਂ ਮੈਂ ਮੈਂਟਲ ਟਰੋਮਾ ਨਹੀਂ ਬੱਚਿਆਂ ਦੀ ਡੈਫੀਨੇਟਲੀ ਇੱਕ ਬੈਡ ਮੈਂਟਲ ਗ੍ਰੋਥ ਹੁੰਦੀ ਹੈ ਇਹਨਾਂ ਨੂੰ ਜਿਹੜੇ ਵੀ ਹੁਣ ਇਹਨਾਂ ਨੇ ਮਾਰਕੁੱਟ ਹੁਣ ਅੱਜ ਕੀਤੀ ਹੈਗੀ ਹੈ ਇਹਦਾ ਇੰਪੈਕਟ ਇਹਨਾਂ ਨੂੰ ਸਾਰੀ ਲਾਈਫ ਰਹਿਣਾ ਬੱਚਿਆਂ ਨੂੰ ਗਰੋਇੰਗ ਏਜ ਆ ਉਹਨਾਂ ਦੇ ਬਹੁਤ ਛੋਟੇ ਨੇ ਔਰ ਜਿਸ ਤਰ੍ਹਾਂ ਸਾਈਕੋਲੋਜੀਕਲ ਇਫੈਕਟ ਉਹਨਾਂ ਦੇ ਦਿਮਾਗ ਤੇ ਪਿਆ ਹੋਏਗਾ ਸ਼ਾਇਦ ਉਹ ਮੈਰਿਡ ਰਿਲੇਸ਼ਨਸ਼ਿਪਸ ਨੂੰ ਲੈ ਕੇ ਵੀ ਡਰਨਗੇ ਤੁਸੀਂ ਬਹੁਤ ਚੰਗੀ ਗੱਲ ਕੀਤੀ ਹੈ ਹੁਣ ਦੇਖੋ ਸਾਡੇ WhatsApp ਵੀ ਆਂਦੇ ਨੇ ਮਾਪਿਓ ਰੱਬ ਦਾ ਰੂਪ ਹੁੰਦੇ ਨੇ ਮਾਪਿਓ ਦੀ ਸੇਵਾ ਕਰੋ ਇਹ ਬਹੁਤ ਸਾਰੇ ਮੈਸੇजेस ਆਂਦੇ ਨੇ ਬਹੁਤ ਚੰਗੀ ਗੱਲ ਹੈ ਕਰਨਾ ਚਾਹੀਦਾ ਪਰ ਇਹੋ ਜੇ ਬੱਚੇ ਕਨਫਲਿਕਟ ਚ ਆ ਜਾਂਦੇ ਨੇ ਕਿ ਇੱਕ taraf ਤਾਂ ਮੇਰਾ ਪਿਓ ਮਾਰ ਰਿਹਾ ਦੂਜੀ taraf ਸੋਸਾਇਟੀ ਕਹਿੰਦੀ ਹੈ ਪਿਓ ਦੀ ਇੱਜ਼ਤ ਕਰੋ ਤਾਂ ਮੈਂ ਕਿੱਥੇ ਜਾਵਾਂ ਸੱਚ ਪਰਸਨੈਲਿਟੀ ਇਹ ਜਿਹੜੀ ਪਰਸਨੈਲਿਟੀ ਹੈ ਇਹ ਬਾਈਪੋਲਰ ਹੋ ਜਾਂਦੇ ਨੇ ਅੱਗੇ ਚੱਲ ਕੇ ਬਾਈਪੋਲਰ ਯਾ ਠੀਕ ਹੈ ਇਹ ਵੀ ਤੁਸੀਂ ਸਹੀ ਕਹਿ ਰਹੇ ਹੋ ਕਿ ਬਾਈਪੋਲਰ ਹੋ ਜਾਂਦੇ ਨੇ ਬੱਚਿਆਂ ਦੇ ਜੋ ਦਿਮਾਗ ਤੇ ਅਸਰ ਪੈਂਦਾ ਹੈ ਉਹ ਬੇहद ਮਾੜਾ ਪਹਿੰਦਾ ਔਰ ਇਹ ਵਿਅਕਤੀ ਜਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਮਾਇਆ ਤੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੋ ਰਹੀਆਂ ਔਰ ਬਿਲਕੁਲ ਦੇ ਵੇਦਕ ਨੇ ਇਹ ਤੇ ਬਲਉਂਦਰਣ ਵਾਲੀਆਂ ਤਸਵੀਰਾਂ ਨੇ ਕਿ ਆਖਰ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਦੇਸ਼ ਦਾ ਭਵਿੱਖ ਕਹਿੰਦੇ ਆ ਉਹਨਾਂ ਨੇ ਕੀ ਕੁਝ ਬੰਨਣਾ ਹਲੇ ਉਪ ਭਵਿੱਖ ਦੀ ਗਰਭ ਦੇ ਵਿੱਚ ਐ ਕਿ ਉਹਨਾਂ ਨੇ ਬੰਨਣਾ ਕੀ ਐ ਪਰ ਅਸੀਂ ਬੱਚਿਆਂ ਨੂੰ ਕੁੱਟ ਰਹੇ ਹਾਂ ਮਾਰ ਰਹੇ ਹਾਂ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟਸ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਧ ਰਹੀਆਂ ਨੇ ਪਰ ਨਹੀਂ ਲੱਗਦਾ ਨਹੀਂ ਕਿ ਸਾਡੀ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਹਕੂਮਤਾਂ ਨੇ ਦੇਸ਼ ਦੀਆਂ ਨੇ ਜਾਂ ਸੂਬਿਆਂ ਦੀਆਂ ਨੇ ਉਹਨਾਂ ਨੂੰ ਕੁਝ ਸਟਰੋਂਗ ਸਟੈਪਸ ਲੈਣੇ ਚਾਹੀਦੇ ਨੇ ਜੋ ਇਸ ਤਰ੍ਹਾਂ ਦੇ ਕ੍ਰਾਈਮਸ ਹੁੰਦੇ ਨੇ ਚਿਲड्रन ਅਗੇਂਸਟ ਮੈਨੂੰ ਲੱਗਦਾ ਹੁਣ ਇੰਡੀਆ ਦੇ ਵਿੱਚ ਵੀ ਇਹ ਅਵੇਅਰਨੈਸ ਆਊਗੀ ਕਿਉਂਕਿ ਪਹਿਲਾਂ ਦੇਖੋ ਯੂ ਪੁਲਿਸ ਨੂੰ ਫੋਨ ਕਰ ਦਿੰਦੇ ਨੇ ਉਹ ਪੇਰੈਂਟਸ ਨੂੰ ਅਰੈਸਟ ਕਰ ਲੈਂਦੇ ਨੇ ਜੀ ਅਸੀਂ 20 ਸਾਲ ਪਹਿਲਾਂ ਜਦ ਇਹ ਨਿਊਜ਼ ਹੁੰਦੇ ਸੀਗੇ ਅਸੀਂ ਪੰਜਾਬ 'ਚ ਹੱਸਦੇ ਸੀਗੇ ਕਿ ਅੱਛਾ ਬੱਚਿਆਂ ਨੇ ਕੰਪਲੀਟ ਕੀਤਾ ਤਾਂ ਪੇਰੈਂਟਸ ਨੂੰ ਅਰੈਸਟ ਕਰਤਾ ਉਸ ਦੇ ਵਿੱਚ ਵੀ ਅਸੀਂ ਬੱਚਿਆਂ ਦੀ ਗਲਤੀ ਕਰਦੇ ਸੀਗੇ ਅਗਰ ਧਿਆਨ ਦਿਓ ਬਟ ਉਸ ਉਸ ਸਮਾਂ ਇੱਥੇ ਆ ਗਿਆ ਹੁਣ ਕਿਉਂਕਿ ਇਹ ਦੇਖੋ ਇਹ ਹਿਟਿੰਗ ਨਹੀਂ ਹੈਗੀ ਇਹ ਇਹ ਥੱਪੜ ਥੁੱਪੜ ਨਹੀਂ ਹੈਗਾ ਇਹ ਥੱਪੜ ਦੀ ਗੱਲ ਨਹੀਂ ਹੈ ਇਹ ਆਪਣਾ ਐਂਗਰ ਡੋਮੀਨੈਂਸ ਸ਼ੋ ਕਰੰਦੀ ਹੈਗੀ ਹੈ ਇਹ ਇਹ ਜਿਹੜਾ ਪੇਰੈਂਟ ਔਰ ਚਾਈਲਡ ਦਾ ਰਿਲੇਸ਼ਨਸ਼ਿਪ ਹੈ ਇਹ ਬੇਸਿਕਲੀ ਮਾਸਟਰ ਤੇ ਸਲੇਵ ਦਾ ਹੈਗਾ ਉਹਨੂੰ ਲੱਗਦਾ ਮੈਂ ਇਹਨਾਂ ਦਾ ਮਾਲਿਕ ਹਾਂ ਕਿਉਂਕਿ ਮੈਂ ਇਹਨਾਂ ਨੂੰ ਰੋਟੀ ਦਿੰਦਾ ਮੈਂ ਇਹਨਾਂ ਦੀ ਸਕੂਲ ਫੀ ਭਰਦਾ ਮੈਂ ਇਹਨਾਂ ਦਾ ਖਰਚਾ ਉਠਾਂਦਾ ਇਹਨਾਂ ਦੀ ਮਾਂ ਦਾ ਖਰਚਾ ਬੱਚੇ ਪੈਦਾ ਕੀਤੇ ਨੇ ਤਾਂ ਡੈਫੀਨਿਟਲੀ ਖਰਚਾ ਤੁਸੀਂ ਚੁੱਕੋਗੇ ਕੋਈ ਇਹੋ ਜਿਹੀ ਪਰਸਨੈਲਿਟੀਆਂ ਨਹੀਂ ਮੰਨਦੀਆਂ ਨਾ ਇਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਵਰਫੁਲ ਹਾਂ ਤੇ ਦੇ ਸ਼ੁੱਡ ਸਬਮਿਟ ਐਜ਼ ਅ ਸਲੇਵ ਇਹ ਛੋਟੀ ਛੋਟੀ ਇਨਸੀਡੈਂਟਸ ਸ਼ੁਰੂ ਹੋ ਜਾਂਦੇ ਨੇ ਘਰ ਦੇ ਵਿੱਚ ਕਈ ਘਰਾਂ ਦੇ ਵਿੱਚ ਮਜ਼ਾਕ-ਬਜ਼ਾਕ ਚ ਮਾਪਿਓ ਬੱਚਿਆਂ ਨੂੰ ਗਿਲਟੀ ਫੀਲ ਕਰਾ ਦਿੰਦੇ ਨੇ ਕਿ ਅਸੀਂ ਤੁਹਾਨੂੰ ਇੰਨਾ ਤੁਹਾਡੇ ਤੇ ਖਰਚਾ ਕੀਤਾ ਤੁਸੀਂ ਫਿਰ ਵੀ ਨਹੀਂ ਪਰਫਾਰਮ ਕਰ ਰਹੇ ਜਾਂ ਤੁਸੀਂ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਹੋ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਜਦ ਦਿਸ ਇਜ਼ ਅ ਫਸਟ ਤੁਹਾਨੂੰ ਵਾਚਫੁਲ ਰਹਿਣਾ ਚਾਹੀਦਾ ਹੈ ਕਿ ਜਦ ਪੇਰੈਂਟਿੰਗ ਦੇ ਵਿੱਚ ਤੁਸੀਂ ਬੱਚਿਆਂ ਨੂੰ ਗਿਲਟੀ ਫੀਲ ਕਰਾ ਰਹੇ ਹੋ ਤੇ ਤੁਸੀਂ ਇਸੀ ਟਰੈਕ ਦੇ ਉੱਤੇ ਤੁਸੀਂ ਚੱਲ ਰਹੇ ਹੋ ਐਜ਼ ਅ ਪੇਰੈਂਟ ਨਾ ਅੱਜ ਇਹ ਟਾਈਮ ਆ ਗਿਆ ਹੈ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਆਪ ਤੋਂ ਵੀ ਬਚਾਓ ਮੈਂ ਤਾਂ ਇਹ ਕਹਾਂਗੀ ਕਹਿੰਦੇ ਨੇ ਕਿ ਮਾਪੇ ਨੇ ਜਿਹੜੇ ਰੱਬ ਹੁੰਦੇ ਨੇ ਪਰ ਇੱਥੇ ਤਾਂ ਇਨਸਾਨ ਕਹਿਰਵਾਨ ਹੋਇਆ ਹੋਇਆ ਉਹ ਜਿਸ ਤਰ੍ਹਾਂ ਦੇ ਨਾਲ ਕੁੱਟ ਰਿਹਾ ਉਹਨਾਂ ਬੱਚਿਆਂ ਦੀ ਹਾਲਤ ਕੀ ਹੈ ਬੱਚੇ ਕਿੰਨੇ ਸਹਮੇ ਹੋਏ ਨੇ ਉਹਨਾਂ ਦੀਆਂ ਗੱਲਬਾਤ ਉਹਨਾਂ ਦੇ ਚਿਹਰੇ ਵੇਖੇ ਇੱਥੋਂ ਤੱਕ ਸਿਰ ਪਾੜੇ ਪਏ ਨੇ ਉਹਨਾਂ ਦੇ ਹੂੰ ਡੈਫੀਨਿਟਲੀ ਇਹਦੇ ਇਹਦੇ ਵਿੱਚ ਜਦ ਇਹਨੂੰ ਗੁੱਸਾ ਇਹਨੂੰ ਕੋਈ ਜਦ ਉਹ ਕਹਿ ਰਿਹਾ ਕਿ ਹਾਂਜੀ ਮੈਨੂੰ ਪਛਤਾਵਾ ਹੈਗਾ ਜੇ ਤੁਸੀਂ ਧਿਆਨ ਨਾਲ ਦੇਖੋ ਇਹਨੂੰ ਕੋਈ ਪਛਤਾਵਾ ਨਹੀਂ ਇਹਦੀ ਇਹਦੀ ਸਟੇਟਮੈਂਟ ਇੱਕ ਬਿਲਕੁਲ ਇਮੋਸ਼ਨਲ ਸਟੇਟਮੈਂਟ ਹੈ ਉਹ ਪੁਲਿਸ ਤੋਂ ਬਚਣ ਬਚਣ ਕਰਕੇ ਕਹਿ ਰਿਹਾ ਕਹਿੰਦਾ ਜੀ ਥੱਪੜ ਤੋਂ ਪਾਣ ਮਾਰੇ ਵਾਲਵੂਲ ਪੁੱਟੇ ਹੁਣ ਇਹਨੂੰ ਕੋਈ ਪੁੱਛੇ ਤੁਹਾਡੇ ਕੋਈ ਵਾਲ ਪੁੱਟੇ ਤਾਂ ਤੁਹਾਨੂੰ ਕਿੰਨੀ ਪੇਨ ਹੋਏਗੀ ਹੈਨਾ ਬੱਚਿਆਂ ਨੂੰ ਪੇਨ ਵੀ ਹੋਈ ਹੈ ਜਿਸ ਤਰ੍ਹਾਂ ਨੇ ਬੱਚੇ ਨੂੰ ਜਰਕ ਦਿੱਤਾ ਹੈ ਬੱਚੇ ਅੰਡਰ ਹੁਣ ਫੁੱਲੀ ਡਿਵੈਲਪ ਬੱਚੇ ਨਹੀਂ ਹੈਗੇ ਉਹਨਾਂ ਦੀ ਬੋਨਸ ਬੜੀ ਸੌਫਟ ਹੁੰਦੀਆਂ ਨੇ ਜੇਕਰ ਉਹ ਬੋਡੀ ਦਾ ਕਨੈਕਸ਼ਨ ਟੁੱਟ ਜਾਂਦਾ ਬੱਚੀ ਦੀ ਔਨ ਦਾ ਸਪੌਟ ਡੈਥ ਸੀ। ਸਰ ਬੱਚੀ ਨਹੀਂ ਉਸਨੂੰ ਆਮਨੇ ਬੈਠੇ ਨੂੰ ਇੱਦਾਂ ਹੀ ਕੁੱਟਿਆ। ਕਮਰੇ ਦੇ ਵਿੱਚ ਲਿਜਾ ਕੇ ਕੁੱਟਿਆ। ਉਹਦੇ ਵੀ ਵਾਲ ਖਿੱਚਨੇ ਨੂੰ ਹੀਠਾਂ ਸੁਟਿਆ। ਉਸਦੇ ਸਿਰ ਤੇ ਵੀ ਇਦਾਂ ਹੀ ਸੱਟਾਂ ਲੱਗੀਆਂ ਨੇ। ਮਤਲਬ ਇਨਸਾਨ ਕੋਈ ਐਨਾ ਕਿਸ ਤਰ੍ਹਾਂ ਦੇ ਨਾਲ ਪਾਗਲ ਹੋ ਸਕਦਾ। ਮੈਂ ਉਸਨੂੰ ਪਾਗਲ ਹੀ ਕਹੂੰਗੀ ਕਿ ਹਾਲਾਂਕਿ ਇਹ ਕਿ ਟਰਮਸ ਜਿਹੜੀਆਂ ਉਦੋਂ ਵਰਤੀਆਂ ਜਾਂਦੀਆਂ ਨੇ ਜਦੋਂ ਸੀ ਸਜ਼ਾ ਤੋਂ ਬਚ ਨਾ ਉਹ ਕੋਈ ਵੀ ਕ੍ਰਿਮੀਨਲ ਹੈ ਕ੍ਰਾਈਮ ਕਰਕੇ ਭੱਜ ਜਾਂਦਾ ਤੇ ਬਾਅਦ ਕਹਿ ਦਿੰਦੇ ਆ ਜੀ ਇਹ ਤਾਂ ਪਾਗਲ ਹੈ। ਇਹ ਇੱਕ ਸੌਖਾ ਤਰੀਕਾ ਇਹਨਾਂ ਨੂੰ ਲੱਗਦਾ ਬੱਚਿਆਂ ਦੇ ਲਈ ਨਹੀਂ পাগল ਜੇ ਹੈਗਾ ਨਾ ਤੇ পাগল ਦੀ ਜਗਾ ਫਿਰ ਘਰਾਂ ਦੇ ਵਿੱਚ ਨਹੀਂ ਹੁੰਦੀ ਹੈ। ਹੂੰ। পাগল ਦੀ ਜਗਾ ਪਾਗਲਖਾਨੇ ਦੇ ਵਿੱਚ ਹੁੰਦੀ ਹੈ। ਕਮ ਆਈ ਥਿੰਕ ਗਵਰਨਮੈਂਟ ਨੂੰ ਇਹ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ। ਇਹੋ ਜੇ ਕੋਈ ਵੀ ਕੇਸਿਸ ਆਉਂਦੇ ਨੇ ਥਿਸ ਇਜ਼ ਅ ਕੇਸ ਆਫ ਡੋਮੈਸਟਿਕ ਵਾਇਲੈਂਸ। ਕਈਆਂ ਦੇ ਪੇਰੈਂਟ ਦੇ ਵਿੱਚ ਅਬਿਊਸਿਵ ਨੇਚਰ ਹੁੰਦਾ ਹੈਗਾ। ਕਈਆਂ ਦੇ ਵਿੱਚ ਇਹ ਹਿਟਿੰਗ ਦੇ ਵਿੱਚ ਆ ਜਾਂਦਾ ਹੈ ਤੇ ਪੇਰੈਂਟ ਚਾਈਲਡ ਦੇ ਵਿੱਚ ਇਹ ਕਾਫੀ ਕਾਮਨ ਹੈ। ਹਸਬੰਡ ਵਾਈਫ ਦੇ ਵਿੱਚ ਇਹ ਨਾਲ ਨਹੀਂ ਵੀ ਕਾਮਨ ਹੋਏਗਾ ਪਰ ਪੇਰੈਂਟ ਚਾਈਲਡ ਦੇ ਵਿੱਚ ਬੜਾ ਕਾਮਨ ਹੈ ਕਿਉਂਕਿ ਤੁਹਾਨੂੰ ਪ ਏ ਬੰਦਾ ਕਿਸੇ ਹੋਰ ਤਾਕਤਵਰ ਦੇ ਨਾਲ ਨਹੀਂ ਇੰਨਾ ਗੁੱਸਾ ਕਰੂਗਾ ਦੇ ਆਰ ਵੈਰੀ ਸਮਾਰਟ ਦੇ ਆਰ ਵੈਰੀ ਮੈਨਿਪੂਲੇਟਿਵ ਮੈਨੂੰ ਪਤਾ ਕਿ ਬੈਕ ਟੂ ਉਹਦੇ ਕੋਲ ਹੀ ਹੋਣਾ ਸੀ ਬਿਲਕੁਲ ਪਰ ਕੀ ਲੱਗਦਾ ਨਹੀਂ ਸੀ ਕਿ ਇੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਨਹੀਂ ਸੀ ਹੁੰਦੀਆਂ ਜੇ ਕਿਤੇ ਹੋਈ ਵੀ ਹੋਏਗੀ ਨਾ ਮਾਤਰ ਹੋਈ ਹੋਗੀ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਚਲੇ ਜਾਈਏ ਤਾਂ ਉਦੋਂ ਕਦੇ ਵੀ ਸਾਡੇ ਵੱਡਿਆਂ ਨੇ ਸਾਨੂੰ ਇਹ ਚੀਜ਼ਾਂ ਨਹੀਂ ਸਿਖਾਈਆਂ ਪਰ ਜਿਵੇਂ ਹੁਣ ਹੁੰਦਾ ਦੌਰ ਦੇਖੀਏ ਤਾਂ ਅਸੀਂ ਤੀਸਰੇ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਵੇਖ ਰਹੀਏ ਕੀ ਲੱਗਦਾ ਹੈ ਕਿ ਅਜਿਹਾ ਹੋ ਕਿਉਂ ਰਿਹਾ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਮੈਂ ਪੰਜਾਬ ਦੇ ਵਿੱਚ ਨਹੀਂ ਇਹ ਸਾਰੇ ਵਰਲਡ ਦੇ ਵਿੱਚ ਹੋ ਰਿਹਾ ਸਿੱਧੀ ਜੀ ਗੱਲ ਹੈ ਸਾਡੀ ਅੱਜ ਕੱਲ ਸਾਡੀ ਮੈਂਟਲ ਫਿਜ਼ੀਕਲ ਹੈਲਥ ਬਿਲਕੁਲ ਅਸੀਂ ਧਿਆਨ ਨਹੀਂ ਦਿੰਦੇ ਆ ਮੈਂਟਲ ਫਿਜ਼ੀਕਲ ਹੈਲਥ ਦੇ ਉੱਤੇ ਕੁਝ ਨਹੀਂ ਧਿਆਨ ਦੇ ਰਹੇ ਅਸੀਂ ਬਸ ਭੱਜੀ ਜਾ ਰਹੇ ਆ ਪਤਾ ਨਹੀਂ ਕਿਸ ਪਿੱਛੇ ਭੱਜੀ ਜਾ ਰਹੇ ਸਾਡਾ ਬੇਸਿਕ ਡੇਲੀ ਰੂਟੀਨ ਦੇ ਵਿੱਚ ਨਾ ਤੁਹਾਡੀ ਮੈਂਟਲ ਫਿਟਨੈਸ ਹੈਗੀ ਹੈ ਨਾ ਤੁਹਾਡੀ ਫਿਜ਼ੀਕਲ ਫਿਟਨੈਸ ਹੈਗੀ ਹੈ ਜੇਕਰ ਤੁਸੀਂ ਥੋੜੀ ਦੇਰ ਥੋੜੀ ਦੇਰ ਇਹਨੇ ਹੁਣ ਗਾਤਰਾ ਪਾਇਆ ਹੋ ਸੀਗਾ ਹੀ ਇਸ ਅਮ੍ਰਿਤਧਾਰੀ ਬੰਦਾ ਹੈਗਾ ਜੇਕਰ ਇਹਨੇ ਗੁਰਦੁਆਰੇ ਦੇ ਵਿੱਚ ਜਾ ਕੇ ਅੱਧਾ ਘੰਟਾ ਵੀ ਅੱਖਾਂ ক্লোਜ਼ ਕਰਕੇ ਜੇ ਬੈੰਦਾ ਹੋਏ ਥੋੜਾ ਸਾਇਲੈਂਸ ਦੇ ਵਿੱਚ ਬੈੰਦਾ ਹੋਏ ਤਾਂ ਐਂਗਰ ਥੋੜਾ ਜਿਹਾ ਕੰਟਰੋਲ ਹੋ ਸਕਦਾ ਹੈ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਅਸੀਂ ਐਂਗਰ ਕੰਟਰੋਲ ਕਰ ਸਕਦੇ ਹਾਂ ਜਿਹੜੇ ਵੀ ਤੁਹਾਡੇ ਆਡੀਅנס ਜਿਨ੍ਹਾਂ ਨੂੰ ਲੱਗਦਾ ਕਿ ਮੈਨੂੰ ਐਂਗਰ ਇਸ਼ੂ ਹੈਗੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਪਾਣੀ ਦਾ ਇਨਟੇਕ ਕਰਨ ਤੇ ਇੱਕ ਮੇਰੀ ਹੋਰ ਐਡਵਾਈਸ ਹੈ ਜਦੋਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਇੱਕ ਮੋਟੀ ਜਿਹੀ ਟੌਫੀ ਆਪਣੇ ਕੋਲ ਰੱਖੋ ਜਿਹੜੀ ਹਾਰਟ ਟੌਫੀ ਹੁੰਦੀ ਹੈ ਉਹਨੂੰ ਦੰਦਾਂ ਦੇ ਥੱਲੇ ਰੱਖ ਕੇ ਨਾ ਚਬਾਇਆ ਕਰੋ ਜਦ ਗੁੱਸਾ ਆਉਂਦਾ ਹੈ ਕਿਉਂਕਿ ਜਿਵੇਂ ਤੁਹਾਡੀ ਜੋ ਮੂਵਮੈਂਟ ਹੋਏਗੀ ਤੁਹਾਡਾ ਐਂਗਰ ਥੋੜਾ ਕੱਟ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਅਮਰਤ ਧਾਰੀ ਹੈ ਆਪਾਂ ਕਿਸੇ ਵੀ ਧਰਮ ਦੇ ਹੋਈਏ ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਬੇਵਜਹ ਐਂਗਰ ਕਰੋ ਹਾਂ ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਂ ਨੇ ਇਹ ਕਿਹਾ ਕਿ ਜ਼ਬਰ ਦੇ ਖਿਲਾਫ ਖੜੇ ਹੋ ਪਰ ਉਹਨਾਂ ਨੇ ਇਤਨੀ ਕਿਹਾ ਕਿ ਨਹੀਂ ਹੱਥਿਆਂ ਤੇ ਜਾਂ ਮਾਸੂਮਾਂ ਮਾਸੂਮ ਬੱਚਿਆਂ ਦੇ ਤੁਸੀਂ ਕਹਿਟਾਓ ਇਸ ਤਰ੍ਹਾਂ ਉਹਨਾਂ ਨੂੰ ਕੁੱਟੋ ਔਰ ਇਹ ਬੰਦਾ ਅਮਰਤ ਧਾਰੀ ਹੈ ਔਰ ਇੱਥੋਂ ਦੇਖ ਕੇ ਲੱਗਦਾ ਕਿ ਇਸ ਨੇ ਸ਼ਾਇਦ ਜਿਹੜਾ ਇਹ ਧਰਮ ਦਾ ਮਖੌਟਾ ਪੈਨ ਕੇ ਚੱਲ ਰਿਹਾ ਹੈ ਬਿਲਕੁਲ ਮੈਡਮ ਇਹ ਬਹੁਤ ਚੰਗੀ ਤੁਸੀਂ ਇਹਨਾਂ ਨੇ ਇੱਕ ਵਰਡ ਤੁਸੀਂ ਬਹੁਤ ਚੰਗਾ ਬੋਲਿਆ ਮਖੌਟਾ ਇਨੂੰ ਜੇ ਤੁਸੀਂ ਇਸ ਇਨਸੀਡੈਂਟ ਤੋਂ ਬਾਅਦ ਮਿਲੋਗੇ ਕਿਸੇ ਪੜੋਸੀ ਦੇ ਨਾਲ ਗੱਲ ਕਰਨ ਦੇਖੋਗੇ ਇਹ ਬਹੁਤ ਹੱਸ ਕੇ ਗੱਲ ਕਰੇਗਾ ਇਹ ਇਮੀਡੀਏਟਲੀ ਆਪਣੇ ਮਖੌਟੇ ਚੇਂਜ ਕਰ ਦਿੰਦੇ ਨੇ ਇਹਨਾਂ ਨੂੰ ਕਹਿੰਦੇ ਆਪਾਂ ਨਾਰਸਿਸਟ ਮੇਰਾ ਮਤਲਬ ਜਿੰਨੂੰ ਆਪਣੀ ਵੀ origignal ਪਰਸਨੈਲਿਟੀ ਦਾ ਪਤਾ ਹੀ ਨਹੀਂ ਹੁੰਦਾ ਹੈਗਾ ਇਹ ਤੁਸੀਂ ਬਿਲਕੁਲ ਰਾਈਟਲੀ ਵਰਡ ਯੂਜ਼ ਕੀਤਾ ਮਖੌਟਾ ਇਹ ਮਖੌਟਾ ਪਾਉਂਦਾ ਹੈ ਇਹ ਦਾ ਰੀਅਲ ਚਿਹਰਾ ਹੈਗਾ ਜਿਹੜਾ ਇਹਨੇ ਬੱਚਿਆਂ ਨਾਲ ਕੀਤਾ ਬਿਹੇਵੀਅਰ ਹੈ ਦਿਸ ਇਜ਼ ਹਿਸ ਰੀਅਲ ਸੈਲਫ ਆਪਾਂ ਤਸਵੀਰਾਂ ਦੇਖ ਰਹੇ ਹਾਂ ਉਹ ਬੱਚੀ ਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਤੇ ਛੋਟਾ ਬੱਚਾ ਡਰਦਾ ਮਾਰਾ ਬਾਹਰ ਆ ਰਿਹਾ ਤਸਵੀਰ ਉਹ ਪਾਜੀ ਕਿਉਂ ਨੂੰ ਫਿਰ ਬੁਲਾ ਰਿਹਾ ਹੈ ਮਤਲਬ ਬੇਸ਼ਰਮੀ ਦੀਆਂ ਇਸ ਬੰਦੇ ਨੇ ਸਾਰੀਆਂ ਹਦਾਂ ਪਾਰ ਕੀਤੀਆਂ ਹੋਈਆਂ ਨੇ ਕਿ ਨਹੀਂ ਸੀ ਜੋ ਆ ਮੈਂ ਆ ਬੱਚਿਆਂ ਨਾਲ ਕੁੱਟਾਂ ਮਾਰਾਂ ਵੱਡਾ ਤੁਸੀਂ ਕੌਣ ਮੈਨੂੰ ਰੋਕਣ ਵਾਲੇ ਬਿਲਕੁਲ ਬਿਲਕੁਲ ਇਹ ਓਨਰਸ਼ਿਪ ਮੰਨ ਰਿਹਾ ਨਾ ਕਿ ਮੇਰੀ ਬੱਚਿਆਂ ਤੇ ਓਨਰਸ਼ਿਪ ਹੈਗੀ ਆ ਹਮ ਬਿਲਕੁਲ ਓਨਰਸ਼ਿਪ ਮੰਨ ਰਿਹਾ ਆਪਣੀ ਕਿ ਹਾਂ ਜੀ ਜੋ ਕਰਤਾ ਮੈਂ ਸਹੀ ਕਰ ਦਿੱਤਾ ਪਰ ਬੱਚੇ ਬਹੁਤ ਮਾਸੂਮ ਨੇ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਆਪਣੀ ਮਦਰ ਨੂੰ ਇਸ ਮੁਤਲਕ ਹੈ ਜਿਹੜਾ ਉਹ ਇਤਲਾਹ ਕੀਤੀ ਉਹਨਾਂ ਨੇ ਆਪਣੀ ਮਦਰ ਨੂੰ ਤੇ ਉਸ ਤੋਂ ਬਾਅਦ ਉਹ ਥਾਣੇ ਗਏ ਤਾਂ ਥਾਣੇ ਵਾਲੇ ਆ ਜਿਹੜੇ ਉਹ ਇਹਨਾਂ ਦੇ ਫਾਦਰ ਨੂੰ ਫੜਨਗੇ ਤਦ ਤੱਕ ਉਹਨਾਂ ਦੇ ਮਦਰ ਦੇ ਤਰਫ ਤੋਂ ਰਿਸ਼ਤੇਦਾਰ ਆਏ ਉਹਨਾਂ ਬੱਚਾ ਨੂੰ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਲੈ ਕੇ ਗਏ ਉਹਨਾਂ ਬੱਚੇ ਦੀ ਹਾਲਤ ਇੰਨੀ ਖਰਾਬ ਸੀ ਨਹੀਂ ਸੀ ਬਿਲਕੁਲ ਬਿਲਕੁਲ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਮਦਰ ਵੀ ਜਦ ਹਸਬੰਡ ਵਾਈਫ ਦਾ ਝਗੜਾ ਹੁੰਦਾ ਤੇ ਮਦਰ ਨੂੰ ਵੀ ਜ਼ਿਆਦਾ ਰੂਲਸ ਰੈਗੂਲੇਸ਼ਨ ਨਹੀਂ ਪਤਾ ਹੁੰਦੀਆਂ ਤੇ ਬੱਚਿਆਂ ਨੂੰ ਉਹ ਫਾਈਨੈਂਸ਼ਲੀ बिकॉज ਇੰਡੀਪੈਂਡੈਂਟ ਨਹੀਂ ਹੁੰਦੀ ਤੇ ਫਾਦਰ ਕੋਲ ਛੱਡ ਕੇ ਚਲੀ ਜਾਂਦੀ ਹੈ ਮਦਰ ਪਰ ਉਹ ਵੀ ਵਿਚਾਰੀ ਬਹੁਤ ਦੁਖੀ ਹੋਏਗੀ ਜਿਹੜੀ ਇਸ ਆਦਮੀ ਨੂੰ ਛੱਡ ਕੇ ਚਲੀ ਗਈ ਹੈ ਪਰ ਉਹਨੂੰ ਵੀ ਥੋੜਾ ਬੈਕ ਇਹ ਸੋਚਣਾ ਚਾਹੀਦਾ ਸੀ ਕਿ 3 ਸਾਲ ਇੰਨੇ ਆਪਣੇ ਬੱਚਿਆਂ ਨਾਲ ਇਹ ਤੇ ਹੁਣ ਅੱਜ ਆਇਆ ਨਾ ਵੀਡੀਓ ਸਾਨੂੰ ਨਹੀਂ ਪਤਾ ਕਿ ਇਹ ਰੋਜ਼ ਹੁੰਦੀ ਸੀਗੀਆਂ ਅ ਜੇ ਕੁਟਦਾਨੀ ਹੋਏਗਾ ਤੇ ਅਬਿਊਸਿਵ ਹੋਏਗਾ ਗਾਲਾਂ ਕੱਢਦਾ ਹੋਏਗਾ ਹੈਨਾ ਤੇ ਕੁੱਟਣ ਕੁੱਟਣ ਚ ਮਤਲਬ ਹੁਣ ਇਹਨੇ ਇਹਨੇ ਕੋਈ ਐਵਰੀਡੇ ਇਹ ਕੋਈ ਬਾਣਾ ਲੱਭੂਗਾ ਕਿ ਮੈਂ ਕਿਸ ਤਰ੍ਹਾਂ ਮਤਲਬ ਮੈਂ ਆਪਣੀ ਡੋਮਿਨੈਂਸ ਸ਼ੋ ਕਰਾਂ ਕਿਵੇਂ ਆਪਾਂ ਡੋਮਿਨੈਂਸ ਤੁਸੀਂ ਵਰਤਨ ਨਹੀਂ ਕੀਤਾ ਤੁਸੀਂ ਸਿਵਾਇ ਚੰਗੀ ਨਹੀਂ ਕੀਤੀ ਤੁਹਾਨੂੰ ਹੀ ਗਿਲਤੀ ਹੈ ਮਤਲਬ ਇੱਕ ਸੌਫਟ ਕੋਰਨਰ ਇਸ ਨੂੰ ਬੱਚੇ ਮਿਲ ਗਏ ਕਿਉਂਕਿ ਬਾਹਰ ਤਾਂ ਇਸਤੇ ਆਪਣਾ ਰੋਬ ਝਾੜ ਨਹੀਂ ਸਕਦਾ ਅਸਲ ਬੰਦਾ ਤਾਂ ਹੁੰਦਾ ਜੋ ਘਰਦਿਆਂ ਨੂੰ ਛੱਡ ਕੇ ਬਾਹਰ ਜਾ ਕੇ ਆਪਦੇ ਬਰਾਬਰ ਦੇ ਨਾਲ ਟਕਰੇ ਪਰ ਇਹ ਤਾਂ ਬੱਚਿਆਂ ਦੇ ਨਾਲ ਹੀ ਟਕਰ ਰਿਹਾ ਇਹ ਤੁਹਾਡੇ ਕੋਲ ਨਿਸ਼ਚੈ ਤੁਸੀਂ ਸਾਈਕੋਥੈਰੇਪਿਸਟ ਹੋ ਤੁਹਾਡੇ ਕੋਲ ਅਕਸਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕੇਸਸ ਲੈ ਕੇ ਆਉਂਦੇ ਹੋਣਗੇ ਪਰ ਰੇਸ਼ੋ ਕੀ ਕਹਿ ਸਕਦੇ ਹਾਂ ਕਿ ਜਿਹੇ ਬੱਚੇ ਜਿਨ੍ਹਾਂ ਨੂੰ ਮੈਂਟਲੀ ਟੌਰਚਰ ਕੀਤਾ ਗਿਆ ਜਾਂ ਫਿਜ਼ੀਕਲੀ ਟੌਰਚਰ ਕੀਤਾ ਗਿਆ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਉਸ ਚੀਜ਼ ਤੋਂ ਰਿਕਵਰ ਕਰ ਪਾਉਂਦੇ ਨੇ ਫਿਰ ਮੈਡਮ ਮੈਂ ਤੁਹਾਨੂੰ ਨਾ ਇੱਕ ਸ਼ੌਕਿੰਗ ਫਿਗਰ ਦੰਨੀ ਆ 80% ਜਿਹੜੇ ਮੇਰੇ ਕੋਲ ਕੇਸਸ ਆਉਂਦੇ ਨੇ ਨਾ ਉਹਨਾਂ ਦੀ ਪਹਿਲਾਂ ਅਸੀਂ ਸਟੋਰੀ ਸੁਣਦੇ ਆ ਫਰਸਟ 7 ইয়ারਸ ਤੋਂ ਅਸੀਂ ਸਟਾਰਟ ਹੋ ਜਾਂਦੇ ਆ ਜੀ ਸਾਰਿਆਂ ਦੇ ਵਿੱਚ ਇਸ਼ੂ ਪੇਰੈਂਟਸ ਹੀ ਹੁੰਦੇ ਨੇ 80 ਤੋਂ 85% ਬੱਚੇ ਰੋਂਗ ਪੇਰੈਂਟਿੰਗ ਦੇ ਕਰਕੇ ਹੀ ਥੈਰੇਪਿਸਟ ਕੋਲ ਜਾਂਦੇ ਨੇ ਜੇ ਪੇਰੈਂਟਿੰਗ ਸੋਲਿਡ ਹੁੰਦੀ ਹੈ ਤੁਹਾਡੀ ਜੇ ਪੇਰੈਂਟਿੰਗ ਚੰਗੀ ਹੁੰਦੀ ਹੈ ਬੱਚਿਆਂ ਨੂੰ ਕੋਈ ਲੋੜ ਨਹੀਂ ਹੈਗੀ ਬਾਹਰ ਜਾ ਕੇ ਕਿਸੇ ਕਾਉਂਸਲਰ ਜਾਂ ਥੈਰਾਪਿਸਟ ਕੋਲ ਜਾ ਕੇ ਲੈਣਾ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਮੈਂ 25 ਜਾਂ 30 ਦੀ ਏਜ ਚ ਆ ਕੇ ਮੈਨੂੰ ਗੁੱਸਾ ਕਿਉਂ ਆ ਰਿਹਾ ਹੈ ਜਾਂ ਮੈਨੂੰ ਇਰੀਟੇਸ਼ਨ ਕਿਉਂ ਹੋ ਰਹੀ ਹੈ ਉਹਨੂੰ ਉਹ ਨਹੀਂ ਪਤਾ ਹੁੰਦਾ ਕਿ ਉਹਦੇ ਰੂਟਸ ਬਚਪਨ ਚ ਪੇਰੈਂਟਸ ਨੇ ਕਿੱਥੇ ਨਾ ਕਿੱਥੇ ਉਹਦੇ ਵਿੱਚ ਇਹ ਆਈਡੀਆ ਉਹਦੇ ਦਿਮਾਗ ਚ ਪਾਤਾ ਹੁਣ ਜਿਵੇਂ ਇਹ ਬੱਚੇ ਨੇ ਮੁੰਡੇ ਨੇ ਜਿਵੇਂ ਇਹਨਾਂ ਨੇ ਦੇਖਿਆ ਹੈ ਹੈਨਾ ਬੱਚੀ ਹੈਗੀ ਜੇ ਇਸ ਇਹ ਇਸ ਫਾਦਰ ਦੇ ਨਾਲ ਜ਼ਿਆਦਾ ਟਾਈਮ ਹੋਰ ਕੱਢਦੀ ਤਾਂ ਬੱਚੀ ਤੇ ਬੱਚੇ ਅੱਗੇ ਤਿੰਨੋਂ ਜਦ ਪੇਰੈਂਟਸ ਬੰਦੇ ਉਹ ਵੀ ਆਪਣੇ ਬੱਚਿਆਂ ਨੂੰ ਸੇਮ ਬਿਹੇਵੀਅਰ ਕਰਦੇ ਬਿਕੋਜ਼ ਥਿਸ ਇਸ ਕਾਲਡ ਮਿਰਰਿੰਗ ਜਿਹੜਾ ਤੁਸੀਂ ਆਪਣੇ ਬਚਪਨ ਚ ਦੇਖਿਆ ਹੈਗਾ ਤੁਸੀਂ ਉਹੀ ਬਿਹੇਵੀਅਰ ਰਿਪੀਟ ਕਰਦੇ ਹੈਰਿਡੀਟਰੀ ਜੀਨਸ ਵੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਹੈਰਿਡੀਟਰੀ ਜੀਨਸ ਨਹੀਂ ਇਹ ਜੀਨਸ ਨਹੀਂ ਹੈਗਾ ਮੈਡਮ ਥਿਸ ਇਸ ਨਾਟ ਅ ਜੈਨੇਟਿਕ ਡਿਸਆਰਡਰ ਥਿਸ ਇਸ ਐਨ এনवायरमेंटਲ ਬਿਹੇਵੀਅਰ ਇਸ਼ੂ ਕਿਉਂਕਿ ਮੈਂ ਇਹ ਦੇਖਿਆ ਮੇਰੇ ਨਾਲ ਇਹ ਹੁੰਦਾ ਤਾਂ ਚਲੋ ਮੈਂ ਵੀ ਇਹੀ ਕਰਨਾ ਹੈ ਮੈਂ ਵੀ ਇਹੀ ਕਰਨਾ ਹੈ ਹੈਨਾ ਆਪਾਂ ਬਲੂਪ੍ਰਿੰਟ ਪੇਰੈਂਟਿੰਗ ਦਾ ਬਲੂਪ੍ਰਿੰਟ ਆਪਣੇ ਪੇਰੈਂਟ ਤੇ ਮੈਂ ਕਹਿੰਨੀ ਆ ਉਹ ਬਹੁਤ ਲੱਕੀ ਨੇ ਲੋਕ ਜਿਨ੍ਹਾਂ ਕੋਲ ਬਹੁਤ ਚੰਗੇ ਪੇਰੈਂਟਸ ਨੇ ਬਿਕੋਜ਼ ਪੇਰੈਂਟਸ ਆਰ ਯੋਰ ਕ੍ਰੀਏਟਰ ਇਹ ਤੁਹਾਡੇ ਕ੍ਰੀਏਟਰ ਹੁੰਦੇ ਨੇ ਜ਼ਿੰਦਗੀ ਜੀਣ ਦਾ ਸਹੀ ਲੈਸਨ ਜੇ ਪੇਰੈਂਟਸ ਆਪਣੇ ਬੱਚਿਆਂ ਨੂੰ ਦੇ ਦੇਣ ਤੇ ਆਈ ਥਿੰਕ ਅਸੀਂ ਸੋਸਾਇਟੀ ਵਾਸਤੇ ਬਹੁਤ ਚੰਗਾ ਕੰਮ ਕਰਾਂਗੇ ਬਿਕੋਜ਼ ਇਹ ਬਹੁਤ ਸੀਰੀਅਸ ਮੈਟਰ ਹੋ ਗਿਆ ਹੁਣ ਬਹੁਤ ਜ਼ਿਆਦਾ ਤਮੰ ਸਹੀ ਕਹਿ ਰਹੇ ਹੋ ਕਿ ਇੱਕ ਪੇਰੈਂਟਿੰਗ ਪੇਰੈਂਟਿੰਗ ਹੈ ਜਿਹੜੀ ਉਹ ਸਭ ਬਹੁਤ ਵੱਡਾ ਰੋਲ ਹੁੰਦਾ ਹੈ ਔਰ ਅਕਸਰ ਅਸੀਂ ਵੀ ਅਬਜ਼ਰਵ ਕਰਦੇ ਹਾਂ ਚੀਜ਼ਾਂ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਉਸੇ ਤੋਂ ਲੈ ਕੇ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਨੇ ਤਾਂ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਡਿਵੈਲਪ ਹੁੰਦੀਆਂ ਨੇ ਔਰ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਡਿਲੀਟ ਹੀ ਨਹੀਂ ਹੁੰਦੀਆਂ ਮੈਮਰੀ ਉਹ ਚੀਜ਼ਾਂ ਦੀ ਡਿਲੀਟ ਨਹੀਂ ਹੁੰਦੀ ਵਾਰ-ਵਾਰ ਉਹ ਚੀਜ਼ਾਂ ਸਟਕ ਕਰਦੀਆਂ ਨੇ ਔਰ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਪੇਰੈਂਟਸ ਨੂੰ ਸਭ ਤੋਂ ਪਹਿਲਾਂ ਬਹੁਤ ਚੰਗੇ ਦੋਸਤ ਹੋਣਾ ਚਾਹੀਦਾ ਔਰ ਅੱਜ ਦੇ ਦੌਰ ਮੈਂ ਦੋਸਤ ਕਰਕੇ ਵੀ ਮੈਂ ਇੱਕ ਗੱਲ ਦੱਸਦਾ ਕਈ ਵਾਰੀ ਫਾਦਰ ਨੂੰ ਲੱਗਦਾ ਹੈ ਕਿ ਪੇਰੈਂਟਿੰਗ ਮਦਰ ਦਾ ਕੰਮ ਹੈਗਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮਦਰ ਦਾ ਕੰਮ ਹੈਗਾ ਨਰਚਰਿੰਗ ਦਾ ਲਵ ਨਰਚਰਿੰਗ ਕੇਅਰ ਦਾ ਫਾਦਰ ਦਾ ਕੰਮ ਹੈਗਾ ਬੱਚੇ ਦੀ ਵਿਜਨ ਬਣਾਣਾ ਵਧਾਣਾ ਫਾਦਰ ਦਾ ਕੰਮ ਹੈ ਉਹਨੂੰ ਦੁਨੀਆਦਾਰੀ ਸਿਖਾਣਾ ਫਾਦਰ ਦਾ ਕੰਮ ਹੈ ਉਹਨੂੰ ਬਾਹਰ ਦੀ ਦੁਨੀਆ 'ਚ ਕਿਵੇਂ ਉਹਨੇ ਆਪਣੇ ਆਪ ਨੂੰ ਕੰਡਕਟ ਕਰਨਾ ਇਹ ਰੋਲ ਫਾਦਰ ਦਾ ਹੈ ਤੇ ਫਾਦਰ ਦਾ ਤਾਂ ਸਭ ਤੋਂ ਜ਼ਿਆਦਾ ਟਫ ਰੋਲ ਹੈਗਾ ਪੇਰੈਂਟ ਜੇ ਅਸੀਂ ਕਹੀਏ ਤੇ ਕਈ ਵਾਰੀ ਦੇਖਿਆ ਗਿਆ ਕਿ ਫਾਦਰ ਅਕਸਰ ਫੇਲ ਹੋ ਜਾਂਦੇ ਨੇ ਜਾਂ ਉਹ ਸੈਲਫ ਆਬਸੈਸਟ ਨੇ ਜਾਂ ਕੋਈ ਗੱਲ ਹੋਰ ਹੈਗੀ ਹੈ ਬਟ ਬੱਚਿਆਂ ਦੇ ਵਿੱਚ ਮੈਂ ਉਹ ਗਰੋਥ ਨਹੀਂ ਦੇਖਦੀ ਅੱਜਕੱਲ ਨਿਸ਼ੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਤੇ ਨਾ ਸਾਰੀਆਂ ਚੀਜ਼ਾਂ ਦੇ ਮੁਤਲਕ ਬਹੁਤ ਡਿਟੇਲ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਗਰੂਕ ਕੀਤਾ ਬਹੁਤ-ਬਹੁਤ ਸ਼ੁਕਰੀਆ ਤੇ ਅਸੀਂ ਅਸੀਂ ਚਾਹਾਂਗੇ ਕਿ ਇਸ ਬੰਦੇ ਨੂੰ ਸਖਤ ਸਜ਼ਾ ਮਿਲੇ ਜੋ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਬਿਹੇਵੀਅਰ